ਹਰ ਸਾਲ ਵਾਂਗ ਦੇਖੋ ਸਰਦੀ ਜਿਹੜੀ ਪੈਂਦੀ ਹੈ ਉਹ ਤਾਂ ਦਿਖਦੀ ਹੈ ਸਾਨੂੰ ਕਿ ਇਸ ਵਾਰ ਵੀ ਜਦੋਂ ਨਵਾਂ ਸਾਲ ਕੋਈ ਆਉਂਦਾ ਪਤਾ ਲੱਗਦਾ ਕਿ ਸਰਦੀ ਬਹੁਤ ਜ਼ਿਆਦਾ, ਪਰ ਫਰੈਂਡਸ ਕਲੱਬ ਵੱਲੋਂ ਹਰ ਸਾਲ ਅਸੀਂ ਇੱਕ ਉਪਰਾਲਾ ਕਰਦੇ ਹਾਂ, ਜਿਹੜੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਪਹਿਲਾਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ, ਫਿਰ ਅਸੀਂ ਉਹਨਾਂ ਨੂੰ ਕੰਬਲ ਵੰਡਦੇ ਹਾਂ। ਇਸ ਵਾਰ ਸਾਡਾ ਜਿਹੜਾ ਸਾਡਾ ਦੂਸਰੀ ਵਾਰ ਪ੍ਰੋਗਰਾਮ ਹੈ, ਸਾਂਝ ਕੇਂਦਰ ਨਾਲ ਰਲ ਕੇ ਸਾਡਾ ਪ੍ਰੋਗਰਾਮ ਚੱਲਿਆ ਵਾ, ਜਿਹੜਾ ਅਸੀਂ ਲੋਕਾਂ ਨੂੰ ਕੰਬਲ ਅਤੇ ਨਾਲ ਅਸੀਂ ਜੁਰਾਬਾਂ ਵੰਡੀਆਂ ਨੇ। ਸਾਡੀ ਕੋਸ਼ਿਸ਼ ਇਹ ਹੈ ਕਿ ਅੱਜ ਸ਼ੁਰੂਆਤ ਹੋਈ ਹੈ, ਥੋੜ੍ਹਾ ਲੇਟ ਹੋ ਗਏ ਹਾਂ, ਪਰ ਸ਼ੁਰੂਆਤ ਹੋਈ ਹੈ। ਅਸੀਂ ACP ਸੁਰਿੰਦਰ ਜੀ ਸਾਡੇ ਬੜੇ ਪਿਆਰੇ ਮਿੱਤਰ ਨੇ ਔਰ ਬੜੇ ਅੱਛੇ ਕੰਮਾਂ ਹੀ ਸਾਡੇ ਨਾਲ ਸਾਥ ਦਿੰਦੇ ਨੇ। ਅੱਜ ਉਹਨਾਂ ਕੋਲ ਅਸੀਂ ਟਾਈਮ ਲਿੱਤਾ ਸੀ, ਉਹਨਾਂ ਨੇ ਟਾਈਮ ਦਿੱਤਾ ਸਾਨੂੰ, ਉਹਨਾਂ ਦਾ ਬਹੁਤ ਕੀਮਤੀ ਟਾਈਮ ਸੀ, ਉਹਦੇ ਵਿੱਚ ਸਾਡੇ ਨਾਲ ਆਏ ਨੇ ਅਤੇ ਅਸੀਂ ਲੋਕਾਂ ਨੂੰ ਕੰਬਲ ਅਤੇ ਜੁਰਾਬਾਂ ਦਿੱਤੀਆਂ ਨੇ। ਅਤੇ ਹੁਣ ਇਹ ਸਾਰਾ ਵੀਕ ਕੋਸ਼ਿਸ਼ ਕਰਾਂਗੇ, ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਸੜਕਾਂ ਦੇ ਰਾਤੀ ਵੀ ਕੋਸ਼ਿਸ਼ ਕਰਾਂਗੇ ਜਾ ਕੇ, ਜਿਹੜੇ ਜਿਹੜੇ ਬੰਦੇ ਨੂੰ ਜ਼ਰੂਰਤ ਆ ਉਹਨੂੰ ਕੰਬਲ ਵੰਡੇ ਜਾਣਗੇ। ਔਰ ਇਹ ਜਿੰਨੀ ਦੇਰ ਸਰਦੀ ਚੱਲੇਗੀ ਸਾਡੀ ਕੋਸ਼ਿਸ਼ ਹੈ ਪੂਰੀ ਚੱਲਦੀ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਇਹ ਕੰਮ ਕਰੀਏ, ਕਿਉਂਕਿ ਸਾਡੀ ਸੰਸਥਾ ਪੌਦੇ ਵੀ ਲਗਾਉਂਦੀ ਹੈ, ਗ੍ਰੀਨਰੀ ਦਾ ਵੀ ਖਿਆਲ ਕਰਦੇ ਹਾਂ ਔਰ ਸਰਦੀਆਂ ਦੇ 'ਚ ਅਸੀਂ ਲੋਕਾਂ ਨੂੰ ਕੰਬਲ ਵੀ ਵੰਡਦੇ ਹਾਂ। ਤੁਸੀਂ ਪੈਮਾਨਾ ਵੀ ਤੈਅ ਕਰਦੇ ਹੋ ਕਿਸ ਤਰ੍ਹਾਂ ਲੋਕ ਜ਼ਰੂਰਤਮੰਦ ਲੋਕ ਨੇ, ਲੋੜਵੰਦ ਲੋਕ ਨੇ, ਉਹ ਤੱਕ ਪਹੁੰਚ ਕੀਤੀ ਜਾਂਦੀ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਸਾਂਝ ਕੇਂਦਰ ਦੇ ਆਪਣੇ ਅਮਰੀਕ ਸਿੰਘ ਜੀ ਨੇ, ਉਹ ਬਹੁਤ ਅੱਛਾ ਉਪਰਾਲਾ ਕਰਦੇ ਨੇ, ਉਹਨਾਂ ਨੇ ਸਾਰਿਆਂ ਨੂੰ ਵੈਰੀਫਾਈ ਕੀਤਾ, ਉਸ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ, ਫਿਰ ਅਸੀਂ ਹੁਣ ਅੱਗੋਂ ਉਹਨਾਂ ਕੋਲ ਨਾ ਇੱਕ ਲਿਸਟ ਲੈ ਲਈ ਹੈ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ। ਔਰ ਜਿਹੜੇ ਟੂਰਿਸਟ ਬਾਹਰੋਂ ਆਉਂਦੇ ਨੇ ਕਦੀ ਕਦੀ ਉਹ ਵੀ ਦੇਖਦੇ ਹਾਂ ਆਪਾਂ ਕਿ ਜਿਨ੍ਹਾਂ ਨੂੰ ਕਮਰਾ ਨਹੀਂ ਕੋਈ ਮਿਲਦਾ ਜਾਂ ਸੜਕਾਂ 'ਤੇ ਹੁੰਦੇ ਆ, ਤਾਂ ਕੋਸ਼ਿਸ਼ ਹੁੰਦੀ ਹੈ ਚਲੋ ਉਹਨਾਂ ਨੂੰ ਵੀ ਕੁਛ ਨਾ ਕੁਛ ਦਿੱਤਾ ਜਾਏ ਤਾਂ ਕਿ ਅੱਛਾ ਸੁਨੇਹਾ ਇੱਥੇ ਗੁਰੂ ਸਾਹਿਬ ਦੀ ਨਗਰੀ 'ਚੋਂ ਅੱਛਾ ਸੁਨੇਹਾ ਲੈ ਕੇ ਜਾਣ। ਇਸੇ ਪਿੱਛੋਂ ਸਾਡਾ ਉਪਰਾਲਾ ਹੈ ਕਿ ਅਸੀਂ ਪੂਰਾ ਮਹੀਨਾ ਇਸ ਸਾਰਾ ਕਰਦੇ ਰਹਾਂਗੇ। ਭਾਈ ਦਾ ਧੰਨਵਾਦ ਕਰਦੇ ਹਾਂ ਵੀ ਟਾਈਮ ਕੱਢ ਕੇ ਸਾਡੇ ਕੋਲ ਇੱਧਰ ਆਏ ਨੇ, ਇੱਥੇ ਆ ਕੇ ਅਤੇ ਕੰਬਲ ਅਤੇ ਜੁਰਾਬਾਂ ਵੰਡੀਆਂ ਨੇ, ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਇੱਕ ਸਾਡੇ ਫਰੈਂਡਸ ਕਲੱਬ ਦੇ ਪ੍ਰਧਾਨ ਨੇ ਸ਼੍ਰੀ ਗਿਨੀ ਭਾਟੀਆ ਜੀ, ਇਹ ਸਾਡੇ ਪੁਰਾਣੇ ਮਿੱਤਰ ਵੀ ਆ ਔਰ ਪਲੱਸ ਇਹ ਸਮਾਜ ਸੇਵਾ ਦਾ ਕਾਫੀ ਕੰਮ ਕਰਦੇ ਰਹਿੰਦੇ ਆ, ਇਹਨਾਂ ਦੀ ਰਹਿਨੁਮਾਈ ਹੇਠ ਔਰ ਸਾਡੇ ਸਾਂਝ ਕੇਂਦਰ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਇਹਨਾਂ ਦੇ ਸਹਿਯੋਗ ਦੇ ਨਾਲ, ਕਰਮੋ ਡਿਓੜੀ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰਦਾਰ ਨਰਿੰਦਰ ਸਿੰਘ, ਇਹਨਾਂ ਨੇ ਅੱਜ ਇੱਕ ਬੜਾ ਵਧੀਆ ਉਪਰਾਲਾ ਕੀਤਾ ਜਿਹਦੇ ਵਿੱਚ ਇਹਨਾਂ ਨੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਅੱਜ ਕੰਬਲ ਔਰ ਜੁਰਾਬਾਂ ਦਾ ਜਿਹੜਾ ਵਾ ਇਹਨਾਂ ਨੇ ਉਹਨਾਂ ਨੂੰ ਵੰਡੀਆਂ ਨੇ, ਔਰ ਇਹਦੇ ਵਿੱਚ ਮੇਰਾ ਵੀ ਇਹਨਾਂ ਨੇ ਸਹਿਯੋਗ ਪਾਇਆ ਜੀ, ਮੈਂ ਆਣ ਕੇ ਕੰਮ ਤਾਂ ਇਹਨਾਂ ਦਾ ਇਹਨਾਂ ਨੇ ਕੀਤਾ ਹੈ, ਬਟ ਅਦਰਵਾਈਜ਼ ਮੈਂ ਵੀ ਨਾਲ ਆਣ ਕੇ ਜਿਹੜਾ ਵਾ ਉਹ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਆਪਾਂ ਕੰਬਲ ਅਤੇ ਉਹ ਜੁਰਾਬਾਂ ਜਿਹੜੀਆਂ ਨੇ ਵੰਡੀਆਂ। ਸੁਨੇਹਾ ਕੀ ਹੈ ਜੀ ਹੋਰ ਸੁਸਾਇਟੀਆਂ ਨੂੰ? ਸੁਨੇਹਾ ਇਹੀ ਹੈ ਜੀ, ਦੇਖੋ ਆ ਠੰਡ ਦੇ ਦਿਨ ਚੱਲ ਰਹੇ ਆ ਅਤੇ ਮੈਂ ਅਸੀਂ ਇਹ ਵੀ ਦੇਖਦੇ ਹਾਂ ਵੀ ਬਾਹਰ ਬਹੁਤ ਜਿਹੜੀ ਜਨਤਾ ਆ ਉਹ ਠੰਡ ਦੇ ਵਿੱਚ ਪਈ ਹੁੰਦੀ ਹੈ ਔਰ ਕਈ ਵਾਰੀ ਕਾਫੀ ਜਿਹੜੀਆਂ ਠੰਡ ਦੇ ਵਿੱਚ ਮੌਤਾਂ ਵੀ ਜਿਹੜੀਆਂ ਨੇ ਇਹਦੇ ਨਾਲ ਹੁੰਦੀਆਂ ਨੇ, ਸਾਡੇ ਕਈ ਜਿਹੜੇ ਗਰੀਬ ਪਰਿਵਾਰ ਦੇ ਜੀ ਨੇ ਜਿਨ੍ਹਾਂ ਕੋਲ ਛੱਤ ਹੈਨੀਆਂ ਜਾਂ ਕੱਪੜੇ ਹੈਨੀਆਂ ਪਾਉਣ ਨੂੰ, ਤੇ ਉਹ ਕਾਫੀ ਡੈਥਸ ਇਹਦੇ ਵਿੱਚ ਹੁੰਦੀਆਂ ਨੇ। ਅਸੀਂ ਡੇਲੀ ਸਾਡੇ ਥਾਣਾ ਵਾਈਜ਼ ਕੋਈ ਨਾ ਕੋਈ ਇੱਕ ਦੋ ਆਪਾਂ ਉਹਨਾਂ ਦੀਆਂ ਕਾਰਵਾਈਆਂ ਕਰਦੇ ਹਾਂ, ਅਤੇ ਸਾਡਾ ਸੁਨੇਹਾ ਇਹੀ ਹੈ ਵੀ ਜਿੱਦਾਂ ਗਿੰਨੀ ਭਾਟੀਆ ਜੀ ਨੇ ਵਧੀਆ ਉਪਰਾਲਾ ਕੀਤਾ ਹੈ, ਇਸ ਤਰ੍ਹਾਂ ਬਾਕੀ ਵੀ ਸੰਸਥਾਵਾਂ ਜਿਹੜੀਆਂ NGO ਹੈਗੀਆਂ ਨੇ ਉਹਨਾਂ ਨੂੰ ਉਪਰਾਲਾ ਕਰਕੇ ਔਰ ਇਹ ਜਿਹੜੇ ਲੋੜਵੰਦ ਬੰਦੇ ਆ ਉਹਨਾਂ ਨੂੰ ਕੋਈ ਕੰਬਲ ਰਜਾਈਆਂ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਉਹ ਠੰਡ ਦੇ ਦਿਨਾਂ ਦੇ ਵਿੱਚ ਆਪਣਾ ਟਾਈਮ ਪਾਸ ਕਰ ਸਕੇ।